ਸਤਿ ਸ੍ਰੀ ਅਕਾਲ ਦੋਸਤੋ, ਮੈਂ ਪ੍ਰਗਟ ਸਿੰਘ ਭੁੱਲਰ। YouTube ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਕਰ ਰਹੇ ਹੋ, ਬਹੁਤ ਜ਼ਿਆਦਾ ਵੀਡੀਓ ਨੂੰ ਲਾਈਕ ਕੀਤਾ ਜਾ ਰਿਹਾ, ਸ਼ੇਅਰ ਕੀਤਾ ਜਾ ਰਿਹਾ, ਕਮੈਂਟ ਵੀ ਕੀਤੇ ਜਾ ਰਹੇ ਨੇ। ਤਾਂ ਉਹਨਾਂ ਕਮੈਂਟਸ ਦੇ ਵਿੱਚ ਇੱਕ ਇੰਪੋਰਟੈਂਟ ਕਮੈਂਟ, ਕਾਮਨ ਕਮੈਂਟ ਮੈਨੂੰ ਜਿਹੜਾ ਮਿਲਿਆ ਜੀ, ਉਹ ਸੀਗਾ ਜੀ ਗੁਰਦੇ ਦੀ ਪੱਥਰੀ ਦਾ ਇਲਾਜ, ਕਿਡਨੀ ਸਟੋਨ ਦੇ ਬਾਰੇ। ਤਾਂ ਇਹ ਬੜੀ ਭਿਆਨਕ ਦਰਦ ਵਾਲੀ ਚੀਜ਼ ਹੈ ਜੀ, ਚਾਹੇ ਪੱਥਰੀ 1 mm ਦੀ ਹੋਵੇ, ਚਾਹੇ ਹੋਵੇ 6 mm ਦੀ, 4 mm ਦੀ, ਇਹਨਾਂ ਦਾ ਦਰਦ ਸੇਮ ਹੁੰਦਾ ਹੈ। ਉਹਦੇ ਦਰਦ ਦੀ ਤੀਬਰਤਾ ਜਿਹੜੀ ਹੁੰਦੀ ਹੈ ਉਹ ਵੀ ਸੇਮ ਹੀ ਹੁੰਦੀ ਹੈ। ਬਹੁਤ ਜ਼ਿਆਦਾ ਦਰਦ ਹੁੰਦਾ, ਦਰਦ ਹੋਣ ਤੋਂ ਬਾਅਦ ਉਲਟੀਆਂ ਆਉਂਦੀਆਂ ਨੇ, ਸਾਡੇ ਪਿੱਛੋਂ ਵੱਖੀ ਤੋਂ ਲੈ ਕੇ ਪੇਟ ਦੇ ਨਿਚਲੇ ਹਿੱਸੇ ਤੱਕ, ਨਲਾਂ ਤੱਕ ਇਹ ਦਰਦ ਜਾਂਦਾ ਹੈ। ਪਿੱਛੋਂ ਵੱਖੀ ਸੁੱਜੀ ਹੋਈ ਮਹਿਸੂਸ ਹੁੰਦੀ ਹੈ। ਬਹੁਤ ਜ਼ਿਆਦਾ ਪੇਨ ਕਿਲਰ ਲੈਣ ਤੋਂ ਬਾਅਦ ਵੀ ਇਹ ਦਰਦ ਨਹੀਂ ਖੜਦਾ ਗਾ। ਤਾਂ ਹੁਣ ਥੋੜ੍ਹਾ ਜਿਹਾ ਸਮਝਦੇ ਕਿ ਗੁਰਦੇ ਦੇ ਵਿੱਚ ਪੱਥਰੀ ਬਣਨ ਦਾ ਬੇਸਿਕ ਰੀਜ਼ਨ ਕੀ ਹੈ। ਕਈ ਵਾਰੀ ਕੀ ਹੁੰਦਾ ਜੇ ਕੁਛ ਸੈਂਡੀਮੈਂਟਲਸ ਜਾਂ ਕੁਛ ਠੋਸ ਚੀਜ਼ਾਂ ਜਿਹੜੀਆਂ ਕਿ ਘੁਲ ਸਕਦੀਆਂ ਨੇ ਸਾਡੇ ਪਾਣੀ ਦੇ ਵਿੱਚ ਜਾਂ ਹੋਰ ਖਾਦੀ ਪਦਾਰਥਾਂ ਦੇ ਵਿੱਚ, ਲਿਕੁਅਡ ਦੇ ਵਿੱਚ, ਉਹ ਸਾਡੇ ਸਰੀਰ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੀਆਂ ਨੇ, ਤਾਂ ਉਹ ਸਹਿਜੇ ਸਹਿਜੇ ਸਾਡੇ ਗੁਰਦੇ ਦੇ ਵਿੱਚ ਥੋੜ੍ਹਾ ਜਿਹਾ ਜਮ੍ਹਾਂ ਹੁੰਦੀ ਆ, ਫਿਰ ਉਹ ਹੋਰ ਜਮ੍ਹਾਂ ਹੋ ਜਾਂਦੀ ਆ। ਲਗਾਤਾਰ ਜਮ੍ਹਾਂ ਹੋਣ ਤੋਂ ਬਾਅਦ ਇੱਕ ਪੱਥਰ ਜਿਹਾ ਛੋਟਾ ਜਿਹਾ ਬਣ ਜਾਂਦਾ, ਜਿਹਦਾ ਸਾਈਜ਼ ਤੁਸੀਂ 0.1 mm ਤੋਂ ਲੈ ਕੇ 10 mm, 15 mm, 20 mm ਤੱਕ ਵੀ ਚਲੇ ਜਾਂਦਾ। ਪਰ ਇਹਦਾ ਪਤਾ ਉਹਨਾਂ ਚੱਕਰ ਨਹੀਂ ਲੱਗਦਾ, ਜਾਂ ਤਾਂ ਜਿੰਨਾ ਚੱਕਰ ਅਸੀਂ ਇਹਦੀ ਪ੍ਰੋਪਰ ਸਕੈਨ ਨਾ ਕਰਵਾਈਏ, ਆਪਣੀ ਅਲਟਰਾਸਾਊਂਡ ਨਾ ਕਰਵਾਈਏ, ਜਾਂ ਫਿਰ ਜਿੰਨਾ ਚੱਕਰ ਸਾਨੂੰ ਗੁਰਦੇ ਦੀ ਪੱਥਰੀ ਦਾ ਦਰਦ ਨਹੀਂ ਹੁੰਦਾ, ਤਾਂ ਉਹਨਾਂ ਚਿਰ ਅਸੀਂ ਬੇਖਬਰ ਰਹਿੰਦੇ ਹਾਂ ਕਿ ਸਾਡੇ ਸਰੀਰ ਦੇ ਵਿੱਚ ਪੱਥਰੀ ਹੈ ਜਾਂ ਨਹੀਂ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਪੱਥਰੀ ਦਾ ਮੈਂ ਮੂਲ ਜਾਂ ਸੀਜ਼ਨ ਇੱਕ ਵੇਖਿਆ, ਉਹ ਹੈਗਾ ਜੀ ਗਰਮੀ ਦੇ ਵਿੱਚ, ਕਿਉਂਕਿ ਗਰਮੀ ਦੇ ਵਿੱਚ ਅਸੀਂ ਪਾਣੀ ਦੀ ਮਾਤਰਾ ਦੇ ਬਾਰੇ ਉਹਨਾਂ ਜ਼ਿਆਦਾ ਧਿਆਨ ਨਹੀਂ ਦਿੰਦੇ ਗੇ, ਕਿਉਂਕਿ ਗਰਮੀ ਦੇ ਵਿੱਚ ਸਾਡੇ ਡੀਹਾਈਡਰੇਸ਼ਨ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਡੀਹਾਈਡਰੇਸ਼ਨ ਕਿਉਂ ਹੁੰਦੀ ਹੈ ਗਰਮੀ ਦੇ ਵਿੱਚ? ਕਿਉਂਕਿ ਪਿਸ਼ਾਬ ਰਾਹੀਂ ਵੀ ਤਰਲ ਨੇ ਸਰੀਰ 'ਚੋਂ ਬਾਹਰ ਨਿਕਲਣਾ, ਅਤੇ ਪਸੀਨੇ ਰਾਹੀਂ ਤਾਂ ਬਹੁਤ ਜ਼ਿਆਦਾ ਵੱਡੀ ਅਮਾਊਂਟ ਬਾਹਰ ਨਿਕਲਦੀ ਹੈ। ਉਸ ਤੋਂ ਅਗਲੀ ਗੱਲ, ਸਰਦੀਆਂ ਵਿੱਚ ਇਹ ਘੱਟ ਆਉਂਦੀ, ਕਿਉਂਕਿ ਉਦੋਂ ਲਿਕੁਅਡ ਜਿੰਨਾ ਵੀ ਅਸੀਂ ਪੀਤਾ ਹੁੰਦਾ ਉਹ ਪਿਸ਼ਾਬ ਰਾਹੀਂ ਹੀ ਸਿਰਫ ਨਿਕਲਦਾ, ਅਤੇ ਜਿਹੜਾ ਸਾਡੇ ਗੁਰਦੇ ਵਿੱਚ ਵਾਧੂ ਠੋਸ ਮਟੀਰੀਅਲ ਜਮ੍ਹਾਂ ਹੋਇਆ ਹੁੰਦਾ, ਕਿਤੇ ਨਾ ਕਿਤੇ ਉਹ ਖੁਰ ਕੇ ਨਾਲ ਨਿਕਲਣਾ ਸ਼ੁਰੂ ਹੋ ਜਾਂਦਾ। ਤਾਂ ਹੁਣ ਗੱਲ ਕਰਦੇ ਹਾਂ ਜੀ ਇਹਦੇ ਇਲਾਜ ਦੀ। ਸਭ ਤੋਂ ਬੇਸਿਕ ਅਤੇ ਸਭ ਤੋਂ ਸੌਖਾ ਇਲਾਜ ਜਿਹੜਾ ਗੁਰਦੇ ਦੀ ਪੱਥਰੀ ਦਾ ਹੈਗਾ, ਉਹ ਹੈਗਾ ਜੀ ਖਾਰੇ ਦੀ 1 ਬੋਤਲ ਦਾ ਹਰ ਰੋਜ਼ ਸੇਵਨ ਕਰਨਾ। ਅੱਧੀ ਬੋਤਲ ਤੁਸੀਂ ਸਵੇਰ ਅਤੇ ਅੱਧੀ ਸ਼ਾਮ ਨੂੰ, ਅੱਧੀ ਬੋਤਲ ਖਾਰੇ ਦੀ ਲੈ ਕੇ ਅੱਧਾ ਨਿੰਬੂ ਉਹਦੇ ਵਿੱਚ ਨਿਚੋੜ ਕੇ ਚੁਟਕੀ ਕੂ ਉਹਦੇ ਵਿੱਚ ਕਾਲਾ ਨਮਕ ਅਤੇ ਕਾਲੀ ਲੂਣ ਮਿਰਚ ਪਾ ਕੇ ਪੀਓ। ਲਗਾਤਾਰ 15-20 ਦਿਨ ਇਸ ਚੀਜ਼ ਦਾ ਪ੍ਰਯੋਗ ਕਰਨ ਦੇ ਨਾਲ ਜਿਹੜੀਆਂ ਛੋਟੀਆਂ ਪੱਥਰੀਆਂ ਨੇ, 3-4 mm ਤੱਕ ਦੀਆਂ ਜਿਹੜੀਆਂ ਪੱਥਰੀਆਂ ਨੇ, ਉਹ ਬੜੀ ਆਸਾਨੀ ਨਾਲ ਖੁਰ ਕੇ ਆਪਣੇ ਆਪ ਨਿਕਲ ਜਾਂਦੀਆਂ ਨੇ। ਤਾਂ ਉਸ ਤੋਂ ਅਗਲੀ ਚੀਜ਼ ਜਿਹੜੀ ਹੈਗੀ ਆ ਜੀ ਇਹਦੇ ਇਲਾਜ ਦੇ ਵਿੱਚ, ਤੁਸੀਂ ਪੱਥਰ ਚੱਟ ਦਾ ਇੱਕ ਬੂਟਾ ਆਉਂਦਾ ਆਪਣੇ, ਆਮ ਹੀ ਆਪਾਂ ਨੂੰ ਪਤਾ, ਉਹਦੇ ਪੱਥੇ ਆ ਜਿਹੜੇ ਥੋੜ੍ਹੇ ਜਿਹੇ ਮੋਟੇ ਅਤੇ ਸਖਤ ਹੁੰਦੇ ਨੇ, ਕਿਨਾਰਿਆਂ ਤੋਂ ਥੋੜ੍ਹਾ ਜਿਹਾ ਕੁੰਡਲਾ ਜਿਹਾ ਹੁੰਦਾ, ਤਿੱਖਾ ਜਿਹਾ ਹੁੰਦਾ, ਉਹਦੇ 2 ਪੱਤੇ ਲੈ ਕੇ ਉਹਨੂੰ ਉਬਾਲ ਕੇ ਵੀ 3-4 ਦਿਨ ਜਾਂ ਹਫ਼ਤਾ ਇੱਕ ਪੀਣ ਦੇ ਨਾਲ ਉਸ ਕਾੜੇ ਨੂੰ, ਜਿਹੜੀ ਗੁਰਦੇ ਦੀ ਪੱਥਰੀ ਹੈ, ਕਿਡਨੀ ਸਟੋਨ ਹੈ, ਉਹ ਬਾਹਰ ਨਿਕਲ ਜਾਂਦਾ ਖੁਰ ਕੇ। ਉਸ ਤੋਂ ਅਗਲੀ ਚੀਜ਼ ਜਿਹੜੀ ਬੜਾ ਬੇਸਿਕ ਇਲਾਜ ਹੈਗਾ ਜੀ, ਉਹ ਹੈਗਾ ਜੀ ਮੂਲੀ ਦਾ ਜੂਸ। ਜਾਂ ਤਾਂ ਮੂਲੀ ਤੁਸੀਂ ਪੂਰਨ ਤੌਰ 'ਤੇ ਰਜਵੇਂ ਤਰੀਕੇ ਨਾਲ ਖਾਓ, ਰੋਜ਼ ਖਾਓ, ਜਾਂ ਫਿਰ ਮੂਲੀ ਨੂੰ ਚੀਰ ਕੇ ਉਹ 'ਚ ਕਾਲੀ ਲੂਣ ਮਿਰਚ ਲਗਾ ਕੇ ਸ਼ਾਮ ਨੂੰ ਦਰੇਲ ਦੇ ਵਿੱਚ ਟੰਗ ਦਿਓ ਰਾਤ ਨੂੰ ਬਾਹਰ, ਅਤੇ ਸੁਬਾਹ ਉੱਠ ਕੇ ਉਹਨੂੰ ਖਾਣ ਦੇ ਨਾਲ ਵੀ ਪੱਥਰੀ ਨਿਕਲ ਜਾਂਦੀ ਆ। ਮੂਲੀ ਦਾ ਜੂਸ ਪੀਣ ਦੇ ਨਾਲ ਵੀ ਪੱਥਰੀ ਬਹੁਤ ਜ਼ਿਆਦਾ ਜਲਦੀ ਨਿਕਲਦੀ ਹੈ ਬਾਹਰ। ਉਸ ਤੋਂ ਅਗਲੀ ਚੀਜ਼ ਜਿਹੜੀ ਹੈਗੀ ਜੀ ਐਲੋਵੇਰਾ ਕੁਵਾਰ ਗੰਦਲ, ਇਹਦਾ ਜੂਸ ਪੀਣ ਦੇ ਨਾਲ ਵੀ ਸਾਡੇ, ਕਿਉਂਕਿ ਇਹਦਾ ਜੂਸ ਵੀ ਇੱਕ ਤਰ੍ਹਾਂ ਦੀ ਸਫਾਈ ਕਰਦਾ ਸਾਡੇ ਸਾਰੇ ਡਾਈਜੈਸਟਿਵ ਸਿਸਟਮ ਦੀ, ਤਾਂ ਇਹਦੇ ਜੂਸ ਪੀਣ ਦੇ ਨਾਲ ਵੀ ਜਿਹੜੀ ਪੱਥਰੀ ਆ ਬਹੁਤ ਜ਼ਿਆਦਾ ਜਲਦੀ ਨਿਕਲਦੀ ਆ। ਉਸ ਤੋਂ ਅਗਲੀ ਚੀਜ਼ ਹੈਗੀ ਜੀ ਅਨਾਨਾਸ ਦਾ ਜੂਸ, ਅਨਾਨਾਸ ਦਾ ਜੂਸ ਪੀਣ ਦੇ ਨਾਲ ਵੀ ਪੱਥਰੀ ਆ ਜਿਹੜੀ ਬਹੁਤ ਜ਼ਿਆਦਾ ਜਲਦੀ ਬਾਹਰ ਨਿਕਲਦੀ ਆ। ਉਸ ਤੋਂ ਅਗਲੀ ਗੱਲ ਕਰੀਏ ਜੀ, ਇਹ ਚੀਜ਼ਾਂ ਕਿਸੇ ਵੀ ਚੀਜ਼ ਦੇ ਵਿੱਚ ਤੁਹਾਨੂੰ ਨਹੀਂ ਮਿਲਦੀ ਕੋਈ ਵੀ ਚੀਜ਼ ਇਹਨਾਂ 'ਚੋਂ, ਤਾਂ ਇੱਕ ਨੀਰੀ ਨਾਂ ਦੀ ਦਵਾਈ ਆਉਂਦੀ ਹੈ, NEERI, ਇਹਦੇ ਕੈਪਸੂਲ ਵੀ ਆਉਂਦੇ, ਇਹਦਾ ਲਿਕੁਇਡ ਫਾਰਮ ਵੀ ਆਉਂਦਾ। ਮੈਂ ਦੇਖਿਆ ਕਿ ਇਸ ਦਵਾਈ ਦੇ ਵਿੱਚ ਉਹ ਸਾਰੀਆਂ ਮੈਡੀਸੀਨਲ ਪਲਾਂਟਸ ਦੀਆਂ ਪ੍ਰੋਪਰਟੀਜ਼ ਹੈਗੀਆਂ ਨੇ ਜਿਹੜੀਆਂ ਸਰੀਰ ਦੇ ਵਿੱਚੋਂ ਗੰਦਗੀ ਬਾਹਰ ਕੱਢਣ ਦਾ ਕੰਮ ਕਰਦੀਆਂ ਨੇ। ਇਹ ਵੀ ਤੁਸੀਂ ਲਗਾਤਾਰ 1 ਮਹੀਨਾ ਪੀਓ, 1-1 ਚਮਚਾ ਸੁਬਹ ਸ਼ਾਮ, ਤਾਂ ਇਹਦੇ ਨਾਲ ਵੀ ਜਿਹੜੀ ਤੁਹਾਡੀ ਗੁਰਦੇ ਦੀ ਪੱਥਰੀ ਆ ਬਹੁਤ ਜ਼ਿਆਦਾ ਜਲਦੀ ਬਾਹਰ ਨਿਕਲਦੀ ਆ। ਉਸ ਤੋਂ ਅਗਲੀ ਦਵਾਈ ਹੈਗੀ ਆ ਜੀ ਹੋਮਿਓਪੈਥੀ ਦੇ ਵਿੱਚ ਬਰਬੇਰੀਸ ਵਲਗੈਰਿਸ, ਪੱਥਰ ਚੱਟ ਨੂੰ ਹੀ ਬਰਬੇਰੀਸ ਬੋਲਦੇ ਨੇ ਇੰਗਲਿਸ਼ ਦੇ ਵਿੱਚ, ਜਾਂ ਬੋਟਾਨਿਕ ਨੇਮ ਇਹਦਾ ਬਰਬੇਰੀਸ ਹੈਗਾ, ਅਤੇ ਉਹਦਾ ਜਿਹੜਾ ਵਲਗੈਰਿਸ ਉਹਦੇ ਨਾਲ ਕੰਪੋਨੈਂਟ ਲਾਇਆ ਜਾਂਦਾ। ਮਦਰ ਟਿੰਚਰ ਦੇ ਵਿੱਚ ਇਹਨੂੰ ਤੁਸੀਂ ਦਵਾਈ ਨੂੰ ਲੈਣਾ ਜੀ, ਇਹਦੀਆਂ 10-10 ਬੂੰਦਾਂ ਪਾਣੀ ਦੇ ਵਿੱਚ ਪਾ ਕੇ ਸੁਬਹਾ ਸ਼ਾਮ ਪੀਣ ਦੇ ਨਾਲ, ਜਾਂ ਇੱਕ ਟਾਈਮ 15 ਦਿਨ 20 ਦਿਨ ਲਗਾਤਾਰ ਪੀਣ ਦੇ ਨਾਲ ਵੀ ਜਿਹੜੀ ਪੱਥਰੀ ਆ ਉਹ ਬਿਲਕੁਲ ਸਰੀਰ ਦੇ ਵਿੱਚੋਂ ਜਾਂ ਗੁਰਦਿਆਂ ਦੇ ਵਿੱਚੋਂ ਨਿਕਲ ਜਾਂਦੀ ਹੈ, ਪੱਥਰੀ ਦੁਬਾਰਾ ਨਾ ਬਣੇ। ਇਸ ਲਈ ਇਹਦੇ ਲਈ ਵੀ ਹੋਮਿਓਪੈਥੀ ਦੇ ਵਿੱਚ ਇੱਕ ਮੈਡੀਸਨ ਹੈਗੀ ਆ ਚਾਈਨਾ 1000
NA ਆਫੀਸ਼ੀਅਲਸ OFFICINALIS ਇਹ ਦਵਾਈ ਦਾ ਨਾਂ ਆ ਤੇ 1000 ਇਹਦੀ ਡੱਬੀ ਦੇ ਉੱਤੇ ਲਿਖਿਆ ਹੋਊਗਾ। ਸਿਰਫ ਇੱਕ ਦਿਨ ਦੋ ਦੋ ਬੂੰਦਾਂ ਜੀਭ ਤੇ ਲਗਾਤਾਰ ਤਿੰਨ ਟਾਈਮ ਤੁਸੀਂ ਪੂਰੇ ਦਿਨ ਦੇ 24 ਘੰਟੇ ਦੇ ਹਿਸਾਬ ਨਾਲ ਦੇਣੀ ਹੈ। ਕਦੀ ਵੀ ਗੁਰਦੇ ਦੇ ਵਿੱਚ ਛੇਤੀ ਕੀਤਿਆਂ ਜਿਹੜੀ ਪੱਥਰੀ ਆ ਦੁਬਾਰੇ ਨਹੀਂ ਬਣੇਗੀ। ਤੋ ਸਭ ਤੋਂ ਪਹਿਲੀ ਚੀਜ਼ ਹੈਗੀ ਪਰਹੇਜ਼, ਰੱਜਮਾ ਪਾਣੀ ਪੀਓ, ਫੁੱਲ ਕਪੈਸਿਟੀ ਆਪਣੇ ਸਰੀਰ ਦੇ ਵਿੱਚ ਜਿਹੜੀ ਹੈਗੀ ਆ ਉਹ ਲਿਕੁਅਡ ਦੀ ਰੱਖੋ ਤਾਂ ਕਿ ਤੁਹਾਡੀ ਪੱਥਰੀ ਬਣਨ ਦੀ ਜਿਹੜੀ ਸਮੱਸਿਆ ਬਿਲਕੁਲ ਆਵੇ ਨਾ। ਅਤੇ ਬਾਕੀ ਇਸ ਵੀਡੀਓ ਨੂੰ ਵੀ ਬਾਕੀ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਇਸ ਚੀਜ਼ ਦਾ ਬੈਨੀਫਿਟ ਹੋ ਸਕੇ। ਥੈਂਕ ਯੂ ਜੀ।